ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 2 'ਚ ਨਾਈਟ ਮੁੰਚੀ ਗੁਰਚਰਨ ਸਿੰਘ ਦੀ ਅਚਾਨਕ ਗੋਲੀ ਲੱਗਣ ਨਾਲ ਮੌਤ ਹੋ ਗਈ। ਪੁਲਿਸ ਮੁਤਾਬਕ ਇਹ ਗੋਲੀ ਕੰਨ ਲੋੜ ਕਰਦੇ ਸਮੇਂ ਚੱਲੀ ਹੈ, ਜੋ ਸਿੱਧਾ ਮੁੰਚੀ ਗੁਰਚਰਨ ਸਿੰਘ ਦੇ ਪਹਿਲਾਂ ਸਿਰ 'ਚ ਲੱਗੀ ਤੇ ਜਿਸ ਤੋਂ ਬਾਅਦ ਇਹ ਗੋਲੀ ਛੱਤ 'ਤੇ ਜਾ ਵੱਜੀ। ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਮ੍ਰਿਤਕ ਮੁੰਚੀ ਗੁਰਚਰਨ ਸਿੰਘ ਦਾ ਪਰਿਵਾਰ ਵੀ ਮੌਕੇ 'ਤੇ ਪਹੁੰਚ ਚੁੱਕਿਆ ਹੈ, ਜਿਸ ਤੋਂ ਬਾਅਦ ਕਾਰਵਾਈ ਅੱਗੇ ਵਧਾ ਦਿੱਤੀ ਹੈ। ਉਧਰ ਦੂਜੇ ਪਾਸੇ ਘਟਨਾ ਸਥਾਨ ਤੇ ਪਹੁੰਚੀ ਫੋਰੈਂਸਿਕ ਟੀਮ ਨੇ ਰਾਈਫਲ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਸਵੇਰੇ 7:30 ਤੋਂ 7:40 ਦੇ ਦਰਮਿਆਨ ਮੈਨੂੰ ਮੈਸੇਜ ਮਿਲਿਆ ਸੀ ਕਿ ਥਾਣੇ ਵਿੱਚ ਗੋਲੀ ਚੱਲੀ ਹੈ, ਤਾਂ ਮੁਨਸ਼ੀ ਦੀ ਗੋਲੀ ਚੱਲਣ ਨਾਲ ਗੁਰਚਰਨ ਸਿੰਘ ਆ ਉਹਦੀ ਡੈਥ ਹੋ ਗਈ ਹੈ। ਅਸੀਂ ਆਏ ਹਾਂ, ਉਹਦੇ ਪੇਰੈਂਟਸ ਵੀ ਆਏ ਆ, ਤਾਂ ਸਾਰਾ ਮੌਕਾ ਵਿਜ਼ਿਟ ਕੀਤਾ। ਆਫਿਸਰ ਸਾਹਿਬਾਨ ਵੀ ਆਏ ਸੀ। ਸਾਡੀ ਪੜਤਾਲ ਤੋਂ ਇਹ ਲੱਗਦਾ ਹੈ ਕਿ ਰਾਤ ਦੇ ਟਾਈਮ ਜਿਹੜਾ ਮੁਨਸ਼ੀ ਅਤੇ ਸੰਤਰੀ ਜਿਹੜੇ ਹੁੰਦੇ ਨੇ, ਇਹ ਆਪਣੇ ਕੋਲ ਅਸਲਾ ਲੈ ਕੇ ਸੌਂਦੇ ਆ। ਈਵਨ ਜਿਹੜਾ ਥਾਣੇ 'ਚ ਮੁਲਾਜ਼ਮ ਵੀ ਸੌਂਦਾ, ਉਹ ਰਾਤ ਨੂੰ ਅਸਲਾ ਰੱਖ ਕੇ ਸੌਂਦਾ ਵੀ ਕਿਤੇ ਐਮਰਜੈਂਸੀ ਲੋੜ ਪੈ। ਤਾਂ ਇਹ ਰਾਈਫਲ ਅਲਮਾਰੀ ਖੁੱਲ੍ਹੀ ਹੋਈ ਹੈ, ਉਹਦੇ ਵਿੱਚ ਇੱਕ ਰਾਈਫਲ ਜਿਹੜੀ ਉਹ ਰੱਖੀ ਹੋਈ ਹੈ ਔਰ ਦੂਜੀ ਰਾਈਫਲ ਦੇ ਵਿੱਚੋਂ ਫਾਇਰ ਹੋ ਗਿਆ। ਉਹ ਮੈਨੂੰ ਇੰਝ ਲੱਗਦਾ ਕਿ ਰਾਈਫਲ ਰੱਖਣ ਲੱਗਿਆਂ ਉਹ ਥੱਲੇ ਲੱਗਣ ਕਰਕੇ ਜਿਹੜਾ ਫਾਇਰ ਐਕਸੀਡੈਂਟਲ ਫਾਇਰ ਹੋ ਗਿਆ, ਜਿਹੜਾ ਇਹਦੇ ਮੱਥੇ 'ਚ ਵੱਜਿਆ, ਮੱਥੇ 'ਚ ਵੱਜ ਕੇ ਉੱਪਰ ਛੱਤ 'ਤੇ ਵੱਜਿਆ ਹੋਇਆ, ਇੱਕ ਫਾਇਰ ਹੋਇਆ। ਤਾਂ ਇਹ ਲੱਗਦਾ ਕਿ ਐਕਸੀਡੈਂਟਲ ਫਾਇਰ ਹੋਣ ਨਾਲ ਇਹਦੀ ਡੈਥ ਹੋਈ ਹੈ। ਇਹਦੇ ਪੇਰੈਂਟਸ ਆ ਗਏ ਆ, ਫਿਲਹਾਲ ਅਸੀਂ 174 ਦੀ ਕਾਰਵਾਈ ਆ ਜਿਹੜੀ ਉਹ ਕਰ ਰਹੇ ਹਾਂ ਅਤੇ ਪੋਸਟਮਾਰਟਮ ਕਰਵਾ ਕੇ। ਲੁਧਿਆਣਾ ਤੋਂ ਵਿਵੇਕ ਢਾਲ, ਦੈਨਿਕ ਸਵੇਰਾ ਟੀਵੀ।